ਰਾਮ ਰਾਮ ਲਿਖ ਰਹੇ ਨੇ ਬਹੁਤ ਛੋਟੇ ਛੋਟੇ ਅੱਖਰਾਂ ਦੇ ਵਿੱਚ, ਗ੍ਰੀਨ ਕਲਰ ਤੇ ਰੈੱਡ ਕਲਰ ਦੇ ਵਿੱਚ। ਨਹੀਂ ਬਾਈ, ਸਾਨੂੰ ਸਪੈਸ਼ਲ ਫੋਨ ਕਰਕੇ ਆਪਦੀ ਦੁਕਾਨ ਛੱਡ ਕੇ ਆਇਆ, ਦੁਕਾਨ ਤੇ ਆਪਦੇ ਡੈਡੀ ਨੂੰ ਬਿਠਾ ਕੇ ਆਇਆ। ਦੇਖ, ਛੇਤੀ ਕਰ ਸਰਵਣ ਪੁੱਤਰਾ ਪਾਣੀ ਪਿਲਾ ਦਿਓ, ਜਿਹਦੇ ਨਾਂ ਦੇ ਉੱਤੇ ਗਾਣਾ ਬਣਿਆ ਹੋਇਆ। ਸਰਵਣ ਸੀ ਜਿਹੜਾ, ਉਹ ਇਸ ਨਦੀ ਦੇ ਕੰਢੇ ਦੇ ਉੱਤੇ ਹੀ ਮਾਰਿਆ ਗਿਆ ਸੀ। ਰਾਮ ਚੰਦਰ ਜੀ ਆਪਣੇ ਆਖਰੀ ਸਮੇਂ ਦੇ ਵਿੱਚ ਵੀ ਇਸ ਜਲ ਦੇ ਵਿੱਚ ਉਹਨੇ ਸਮਾਧੀ ਲੈ ਲਈ ਸੀ, ਇੱਕ ਤਰ੍ਹਾਂ ਦਾ ਮਤਲਬ ਅਲੋਪ ਹੋ ਗਏ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੇ ਹਾਂ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਅਯੋਧਿਆ ਦੇ ਵਿੱਚ, ਆਪਾਂ ਵੈਸੇ ਖੜ੍ਹੇ ਹਾਂ ਅਤੇ ਅਯੋਧਿਆ ਦਾ ਦੂਜਾ ਵਲੌਗ ਆ ਇਹ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਰਾਮ ਮੰਦਿਰ, ਸੀਤਾ ਜੀ ਦਾ ਮੰਦਿਰ, ਰਾਮ ਜੀ ਦੇ ਜਿਹੜੇ ਪਿਤਾ ਸੀ ਦਸ਼ਰਥ ਜੀ ਦਾ ਮੰਦਿਰ ਅਤੇ ਹਨੂੰਮਾਨ ਜੀ ਦਾ ਮੰਦਿਰ, ਇਹ ਚਾਰੇ ਮੰਦਿਰਾਂ ਦੇ ਨਾਲ ਇੱਕੋ ਘਾਟ ਦਿਖਾਵਾਂਗੇ ਜਿਹਦੇ ਉੱਤੇ ਸਰਵਣ ਪੁੱਤਰ ਆਪਣਾ, ਛੋਟੇ ਹੁੰਦੇ ਬਹੁਤ ਕਹਾਣੀਆਂ ਕਹਾਵਤਾਂ ਆਪਾਂ ਸੁਣਦੇ ਰਹੇ ਹਾਂ ਵੀ ਸਰਵਣ ਇੱਕ ਪੁੱਤਰ ਹੁੰਦਾ ਸੀ, ਉਹਦੇ ਮਾਂ ਪਿਓ ਅੰਨੇ ਹੁੰਦੇ ਸੀ, ਤੱਕੜੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦਾ ਹੁੰਦਾ ਅਤੇ ਉਹ ਸਰਵਣ ਪੁੱਤਰ ਨੂੰ ਇੱਕ ਰਾਜੇ ਨੇ ਮਾਰਤਾ ਸੀ ਇੱਕ ਨਦੀ ਦੇ ਕਿਨਾਰੇ ਤੇ। ਅੱਜ ਤੁਹਾਨੂੰ ਉਹ ਨਦੀ ਦਾ ਕਿਨਾਰਾ ਦਿਖਾਵਾਂਗੇ। ਪੰਜਾਬ ਦੇ ਵਿੱਚ ਗਾਣਾ ਵੀ ਬਹੁਤ ਫੇਮਸ ਹੋਇਆ ਸੀ ਕਿ ਛੇਤੀ ਕਰ ਸਰਵਣ ਪੁੱਤਰਾ ਪਾਣੀ ਪਿਲਾ ਦੇ ਹੋਏ, ਹੈ ਨਾ। ਉਹ ਮਤਲਬ ਉਹ ਪਾਣੀ ਲੈਣ ਗਿਆ ਸੀ ਆਪਦੇ ਮਾਂ ਪਿਓ ਵਾਸਤੇ, ਨਦੀ ਦੇ ਕਿਨਾਰੇ ਦੇ ਉੱਤੇ ਉਹਨੂੰ ਮਾਰ ਦਿੱਤਾ ਜਾਂਦਾ ਉੱਥੇ ਤੀਰ ਮਾਰ ਕੇ। ਉਹ ਕਿਹਨੇ ਮਾਰਿਆ ਸੀ ਅਤੇ ਕਿਹੜਾ ਨਦੀ ਦਾ ਕੰਡਾ ਸੀ, ਉਹ ਸਾਰਾ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦਿਖਾਵਾਂਗੇ। ਸਭ ਤੋਂ ਪਹਿਲਾਂ ਕਿ ਤੁਹਾਨੂੰ ਜ਼ਰੂਰੀ ਗੱਲ ਦੱਸ ਦੇ ਕਿ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਜੀ, ਬਾਬਰੀ ਮਸਜਿਦ ਦਾ ਬਹੁਤ ਵੱਡਾ ਰੌਲਾ ਚੱਲ ਰਿਹਾ ਇੱਥੇ, ਉਹਦੇ ਕਰਕੇ ਬਹੁਤ ਜ਼ਿਆਦਾ ਹਾਈ ਸਿਕਿਉਰਿਟੀ ਆ, CRPF ਲੱਗੀ ਹੋਈ ਆ। ਸਾਨੂੰ ਵੀ ਦੋ ਤਿੰਨ ਵਾਰੀ ਪੁਲਿਸ ਵਾਲਿਆਂ ਨੇ ਫੜ ਕੇ ਲੈ ਕੇ ਪੁੱਛਣ ਲੱਗੇ ਵੀ ਫੋਨ ਤੁਸੀਂ ਕੈਮਰੇ ਜਾਂ ਫੋਨ ਚੱਕੀ ਫਿਰਦੇ ਹੋ, ਪਰ ਉਹਨਾਂ ਨੇ ਸਾਨੂੰ ਸਾਰਾ ਸਮਝਾਇਆ ਕਿ ਸਾਰਾ ਸ਼ਹਿਰ ਇਹ ਰੈੱਡ ਅਲਰਟ ਦੇ ਵਿੱਚ ਆ, ਤੁਸੀਂ ਕੰਟੀਨਿਊ ਵਲੌਗਿੰਗ ਨਹੀਂ ਕਰ ਸਕਦੇ, ਸੜਕ ਦੇ ਉੱਤੇ ਕੈਮਰਾ ਲੈ ਕੇ ਨਹੀਂ ਜਾ ਸਕਦੇ, ਤੁਸੀਂ ਕਿਸੇ ਜਗ੍ਹਾ ਦੇ ਅੰਦਰ ਜਾ ਕੇ ਵੀਡੀਓ ਬਣਾ ਸਕਦੇ ਹੋ ਜਾਂ ਫਿਰ ਲੁਕ ਛਿਪ ਕੇ ਮਾੜੇ ਮੋਟੇ ਸ਼ਾਟ ਲੈ ਲਓ, ਲਗਾਤਾਰ ਕੈਮਰਾ ਆਨ ਕਰਕੇ ਤੁਸੀਂ ਨਹੀਂ ਜਾ ਸਕਦੇ। ਤਾਂ ਕਰਕੇ ਇੱਥੇ ਬਹੁਤ ਜ਼ਿਆਦਾ ਪੁਲਿਸ ਲੱਗੀ ਹੋਈ ਆ, ਰੈੱਡ ਅਲਰਟ ਹਾਈ ਅਲਰਟ ਹੋਇਆ ਪਿਆ। ਬਾਕੀ ਜਿੰਨੇ ਵੀ ਮੰਦਰ ਨੇ ਉਹ ਸਾਰਿਆਂ ਦਰਸ਼ਨ ਕਰਵਾਉਣੇ ਆ, ਬਹੁਤ ਸੋਹਣੀ ਗੱਲਬਾਤ ਆ, ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ ਜੀ। ਅਤੇ ਇਹ ਆ ਜੀ ਅਯੋਧਿਆ ਸ਼ਹਿਰ ਦਾ ਸਵੇਰ ਦਾ ਝਾਕਾ ਬਾਕਾ, ਇਕੱਠ ਘਾਟਾ ਮੇਲਿਆਂ ਦੇ ਵਿੱਚ ਜਾਂ ਕਿਸੇ ਵੱਡੇ ਫੰਕਸ਼ਨ ਦੇ ਵਿੱਚ ਉਤਸਵ ਦੇ ਵਿੱਚ ਇੱਥੇ ਇਕੱਠ ਹੁੰਦਾ ਹੋਊਗਾ। ਫਿਲਹਾਲ ਸਵੇਰ ਦਾ ਹਜੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ, 10 ਵੱਜਣ ਵਾਲੇ ਨੇ ਅਤੇ ਸ਼ਹਿਰ ਸਾਰਾ ਖਾਲੀ ਪਿਆ। ਅਤੇ ਸਾਹਮਣੇ ਇੱਧਰਲੇ ਪਾਸੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਹਨੂੰਮਾਨ ਘੜੀ ਦੇ, ਇਹ ਹਨੂੰਮਾਨ ਜੀ ਦਾ ਮੰਦਿਰ ਆ। ਇਸ ਜਗ੍ਹਾ ਦੇ ਉੱਤੇ ਰਾਮ ਚੰਦਰ ਜੀ ਨੇ ਹਨੂੰਮਾਨ ਜੀ ਨੂੰ ਰਹਿਣ ਦਾ ਕਿਹਾ ਸੀ ਅਤੇ ਇਹਦੇ ਮੰਦਿਰ ਦੇ ਵਿੱਚ ਨਾ ਪੁਲਿਸ ਵਾਲੀ ਲੱਗੀ ਹੋਈ ਆ, ਵੀਡੀਓ ਜਮ੍ਹਾਂ ਨਹੀਂ ਅਲਾਊਡ। ਅਤੇ ਥਾਂ ਥਾਂ ਦੇ ਉੱਤੇ ਤੁਹਾਨੂੰ ਲੱਡੂਆਂ ਦੀਆਂ ਦੁਕਾਨਾਂ ਆਮ ਦੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਹਨੂੰਮਾਨ ਜੀ ਨੂੰ ਪ੍ਰਸ਼ਾਦ ਚੜ੍ਹਦਾ ਨਾ ਲੱਡੂਆਂ ਦਾ। ਅੰਦਰ ਦੇ ਹਨੂੰਮਾਨ ਮੰਦਿਰ ਦੇ ਅੰਦਰ ਜਾਣ ਵਾਸਤੇ ਟੋਟਲ ਨਾ 76 ਪੌੜੀਆਂ ਨੇ, 76। ਉਦੋਂ ਬਾਅਦ ਤੁਸੀਂ ਅੰਦਰ ਜਾ ਕੇ ਹਨੂੰਮਾਨ ਜੀ ਦੀ ਮੂਰਤੀ ਆਊਗੀ। ਅਤੇ ਅੰਦਰ ਜਾਣ ਤੋਂ ਪਹਿਲਾਂ ਵੀ ਉੱਥੇ ਬਹੁਤ ਜ਼ਿਆਦਾ ਪੁਲਿਸ ਲੱਗੀ ਹੋਈ ਆ, ਜਿਵੇਂ ਤੁਹਾਨੂੰ ਆਪਾਂ ਸ਼ਾਟ ਦਿਖਾਏ ਨੇ, ਐਵੇਂ ਪੁਲਿਸ ਨਾ ਇੱਥੇ ਗਸ਼ਤ ਕਰਦੀ ਰਹਿੰਦੀ ਆ, ਪੈਟਰੋਲਿੰਗ ਕਰਦੀ ਰਹਿੰਦੀ ਆ। ਉੱਥੇ ਜਾ ਕੇ ਵੀਡੀਓ ਬਣਾਉਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਇੱਥੇ। ਇਹ ਆ ਜੀ ਰਾਜਾ ਦਸ਼ਰਥ ਦੇ ਮਹਿਲ ਦਾ ਬਾਹਰਲਾ ਗੇਟ, ਰਾਜਾ ਦਸ਼ਰਥ ਜੋ ਰਾਮ ਚੰਦਰ ਜੀ ਦੇ ਪਿਤਾ ਸੀ, ਇਸ ਜਗ੍ਹਾ 'ਤੇ ਹੀ ਰਾਜਾ ਦਸ਼ਰਥ ਜੀ ਰਹਿੰਦੇ ਸੀ। ਇਸ ਜਗ੍ਹਾ ਤੋਂ ਹੀ ਉਹਨਾਂ ਨੇ ਰਾਮ ਚੰਦਰ ਜੀ ਨੂੰ ਬਨਵਾਸ ਭੇਜਿਆ ਸੀ। ਅਤੇ ਇਹ ਆ ਜੀ ਹੁਣ ਰਾਜਾ ਦਸ਼ਰਥ ਦਾ ਮਹਿਲ, ਰਾਜਾ ਦਸ਼ਰਥ ਜਿਹੜੇ ਕਿ ਰਾਮ ਚੰਦਰ ਜੀ ਦੇ ਪਿਤਾ ਸੀ, ਇਸ ਜਗ੍ਹਾ 'ਤੇ ਹੀ ਉਹਨਾਂ ਦੀ ਸਭਾ ਲੱਗਦੀ ਹੁੰਦੀ ਸੀ, ਇਸ ਜਗ੍ਹਾ ਦੇ ਉੱਤੇ ਹੀ ਉਹ ਫੈਸਲੇ ਸੁਣਾਉਂਦੇ ਹੁੰਦੇ ਸੀ। ਮੇਨ ਮਤਲਬ ਯਾਰ ਇਹ ਉਹ ਥਾਂ ਜਿੱਥੇ ਕਿ ਰਾਮ ਚੰਦਰ ਜੀ ਨੂੰ ਬਨਵਾਸ ਵਾਸਤੇ ਭੇਜਿਆ ਗਿਆ ਸੀ, ਇਹ ਐਗਜੈਕਟ ਲੋਕੇਸ਼ਨ ਆ ਰਾਜਾ ਦਸ਼ਰਥ ਦੇ ਮਹਿਲ ਦੀ। ਅਤੇ ਇਸ ਟਾਈਮ ਆਰਤੀ ਦਾ ਟਾਈਮ ਆ, ਆਰਤੀ ਹੋ ਰਹੀ ਆ, ਤਿੰਨ ਦਰਵਾਜ਼ੇ ਬਣਾਏ ਹੋਏ ਨੇ ਅਤੇ ਤਿੰਨਾਂ ਦੇ ਵਿੱਚ ਅਲੱਗ ਅਲੱਗ ਮੂਰਤੀਆਂ ਰੱਖੀਆਂ ਹੋਈਆਂ ਨੇ। ਅਤੇ ਆਰਤੀ ਦੇ ਟਾਈਮ ਦੇ ਵਿੱਚ ਅਸੀਂ ਪਹੁੰਚੇ ਹਾਂ, ਬਹੁਤ ਸੋਹਣਾ ਮਹਿਲ ਬਣਿਆ ਹੋਇਆ, ਮੀਨਾਕਾਰੀ ਦੇ ਖਾਸੀ ਗੱਲਬਾਤ ਆ ਦੇਖਣ ਵਾਲੀ, ਵਧੀਆ ਆਨੰਦ ਆਇਆ ਸਾਨੂੰ ਵੀ ਇੱਥੇ ਆ ਕੇ। ਅਤੇ ਆ ਸਾਰਾ ਨਾ ਕਲਾਕਿਰਤੀ ਜਿਹੜੀ ਕੀਤੀ ਹੋਈ ਆ ਯਾਰ, ਇਹ ਸਾਨੂੰ ਬਾਹਲੀ ਸੋਹਣੀ ਲੱਗੀ ਇੱਥੇ। ਰਾਜਾ ਦਸ਼ਰਥ ਦਾ ਮਹਿਲ ਦੇਖਣ ਤੋਂ ਬਾਅਦ ਨਾ ਕਣਕ ਭਵਨ ਲੈ ਕੇ ਚੱਲੇ ਹਾਂ ਜੀ। ਕਣਕ ਭਵਨ ਸਾਰਾ 50 ਮੀਟਰ ਦੂਰੀ 'ਤੇ ਆ। ਇੱਧਰਲੇ ਪਾਸੇ ਯਾਰ ਕਣਕ ਭਵਨ ਦਾ ਇਤਿਹਾਸ ਲਿਖਿਆ ਹੋਇਆ, ਤੁਸੀਂ ਸਕਰੀਨਸ਼ਾਟ ਲੈ ਕੇ ਹੀ ਪੜ੍ਹ ਸਕਦੇ ਹੋ ਕਿ ਕਣਕ ਭਵਨ ਦਾ ਮੇਨ ਗੇਟ ਜਿੱਥੋਂ ਹੁਣ ਆਪਾਂ ਐਂਟਰੀ ਕਰਾਂਗੇ। ਮਾਤਾ ਕਕਈ ਜੀ ਜਿਹੜੇ ਕਿ ਰਾਮ ਚੰਦਰ ਜੀ ਦੇ ਮਾਤਾ ਸੀ, ਉਹਨਾਂ ਨੇ ਸੀਤਾ ਮਾਤਾ ਨੂੰ ਮੂੰਹ ਦਿਖਾਈ ਦੇ ਵਿੱਚ ਦਿੱਤਾ ਸੀ ਐਜ਼ ਏ ਗਿਫਟ। ਇਹ ਸਾਰਾ ਮੰਦਿਰ ਸੋਨੇ ਦਾ ਬਣਿਆ ਹੁੰਦਾ ਸੀ, ਤਾਂ ਕਰਕੇ ਇਹਨੂੰ ਅੱਜ ਨਾ ਪੀਲਾ ਰੰਗ ਕੀਤਾ ਹੋਇਆ ਦੁਬਾਰੀ। ਅੱਧ ਦੇ ਵਿੱਚ ਇਹਨੂੰ ਰਾਮ ਚੰਦਰ ਜੀ ਦੇ ਜਿਹੜੇ ਬੇਟੇ ਸੀ ਕੁਛ ਜੀ, ਉਹਨਾਂ ਨੇ ਇਸ ਮਹਿਲ ਨੂੰ ਦੁਬਾਰਾ ਵੀ ਬਣਾਇਆ ਸੀ ਇੱਕ ਵਾਰੀ, ਅਤੇ ਕ੍ਰਿਸ਼ਨ ਭਗਵਾਨ ਵੀ ਦੁਆਪਰ ਯੁੱਗ 'ਚ ਇੱਥੇ ਹੀ ਰਹੇ ਸੀ। ਸਭ ਤੋਂ ਲਾਸਟ ਦੇ ਵਿੱਚ ਇਸ ਮੰਦਿਰ ਦਾ ਨਿਰਮਾਣ ਬਿਕਰਮਾਦਿੱਤਿਆ ਜੀ ਨੇ ਕਰਵਾਇਆ ਸੀ, ਜਿਨ੍ਹਾਂ ਦੇ ਨਾਂ ਦੇ ਉੱਤੇ ਬਿਕਰਮੀ ਸੰਮਤ ਚੱਲਦਾ ਆ ਰਿਹਾ। ਅਤੇ ਬਿਕਰਮਾਦਿੱਤਿਆ ਜਿਹੜੇ ਸੀ ਉਹ ਉਜੈਨ ਦੇ ਰਾਜੇ ਸੀ, ਵੀ ਐਵੇਂ ਲੱਗਦਾ ਕੋਈ ਜਿਵੇਂ ਪੁਰਾਣਾ ਘਰ ਹੁੰਦਾ ਨਾ, ਉਸ ਮਤਲਬ ਟਾਈਪ ਦੀ ਸ਼ੇਪ ਦਿੱਤੀ ਗਈ ਆ ਮੰਦਿਰ ਨੂੰ, ਜਿਹੜੇ ਤੁਸੀਂ ਆਲੇ ਦੁਆਲੇ ਦੇ ਦੇਖ ਰਹੇ ਹੋ ਨਾ ਖਿੜਕੀਆਂ ਜੀਆਂ।
सारियां उवें लग रही ने। कणक भवन का जी ये माता सीता जी ने गिफ्ट दिता सी विआह दे उत्ते मूँह दिखाई तो रामचंद्र जी की माता ककई ने मंदिर दे विच ना बाबा जी राम राम लिख रहे ने बहुत छोटे छोटे अक्षरां दे विच ग्रीन कलर ते रेड कलर दे विच। कितने टाइम में लिखा ये सारा अभी तक का? दो दिन तो हो ही गया। दो दिन हो गए हैं? कितना लिख दिया अभी तक? अच्छा, यहाँ पे लिखा है श्री सीताराम जी हनुमान अयोध्या धाम सरयू मां सरयू, ये सारा इन्होंने मतलब हाथ नाल लिखा हुआ, छोटे छोटे सारे दे विच राम राम लिखा हुआ, बहुत सोहना। हनुमान जी को देख लीजिए। अच्छा, इधर भी इन्होंने हनुमान जी बनाए हुए ने राम राम लिख के, ते कलाकारी है भी एक बहुत सोहनी है। इधर भाई गऊ माता दा बहुत सोहनी है बाबा जी दी मेहनत। हमने पूरा सुंदर कांड भी लिखा है, जितना अच्छा। चालीसा है समूचा लिखे है हनुमान चालीसा। हाँ, सब ठीक है, चालीसा है। अच्छा, तो भगवान श्री राम का कृपा, बिल्कुल बिल्कुल बिल्कुल, और सबका सहयोग, सबका आशीर्वाद है। हाँ जी, हमारा राम नाम का जाप जो है 11 साल से चल रहा है। 11 साल से? अच्छा, बहुत अच्छे कर्म है आपके जो ऐसा कर रहे हो आप। ये सारा भाई जी ने बनाया हुआ है, ठीक है भाई, बहुत अच्छा, बहुत बढ़िया। ये लिखा जा रहा है भगवान के मतलब धर्म में भी लिखा जा रहा है इस चीज को, आशीर्वाद से चल रहा है अपना भगवान श्री राम का नाम। भगवान श्री राम सभी को जो है कल्याण करे, जो भी हो पूरे विश्व को भगवान कल्याण करे, हमारा यही भगवान श्री राम से प्रार्थना है। ठीक है, ठीक है जी, सभी को सुखी, बहुत अच्छा लगा, देखो इतनी भीड़ आ गई एकदम से, ठीक है जी, शुक्रिया भगवान के। तेरा राम मंदिर आप दर्शन करवाने से जोड़ा हा गोल्डन कलर का बनया हुआ ना ये वाला जी, ये एंट्री थोड़ा फोन घड़ियाँ कड़ा ए टू जेड समान बैन। इस जगह पर ही कहा जाता कि बाबरी मस्जिद बनी होंगी जिते आ गोल्डन कलर का मंदिर बनया हुआ, जब नवी थान निर्माण हो रहा है पिछले पास जो करेना देख रहे हो ना, यह नवे मंदिर के निर्माण करने वास्ते नहीं। लो जी हूँ जी आप जगह दिखा के लैके आने लगे हैं ना जी, ये आ सरायू घाट। अपने छोटे होंगे कहानी सुनी होनी जां हुण भी सुनते आ रहे हैं कि एक सरवण पुत्र होंगे जिहड़ा आपके माँ प्यो की बहुत सेवा करता हुंदा सी, ते एक राजे ने यह मारता सी। वह सरवण पुत्र जिहड़ा जगह के उत्ते मारिया गया सी, वह इस नदी के कंडे के उत्ते मारिया गया सी। इत्थे वह पानी भर रहा सी, पानी पी रहा सी, ते पानी भर के आपके माता पिता वास्ते लैके चलिया सी। फिर रामचंद्र जी के जिहड़े पिता सी ना दशरथ जी, उन्होंने मतलब तीर मार के सरवण नूं मारता सी, मतलब गलती नाल उन्हां कोलों तीर लग गया सी, उन्हों लगा कि कोई जानवर पानी पी रहा इत्थे, ते उह शिकार ते निकले हुए सी, सरवण दे तीर भज्जिया, सरवण मर जांदा। ते उदू बाद फिर जिहड़े दशरथ दे सरवण दे माता पिता सी ना, उह राजा दशरथ नूं शराप दे दिंदे ने वी जिवें साडा पुत्र मारिया तूं है ना, ते असीं आपदे माँ प्यो तों आपदे पुत्र तों बगैर सारा बुढ़ापा कढ़ांगे, उवें तूं वी आपदे पुत्र तों बगैर तरसेंगा। ते उही होया कि जदों दशरथ जी मरे ने तां उदों रामचंद्र जी उन्हां दे कोल नहीं सी, तो अज भी लोग इतने इनान करते हैं, बहुत पवित्र जगह मनी गई है इस जी जगह ये चीज़ न। मेन यह जगह जी है जी मतलब इस करके मशहूर आ कि सरवण नू इस जगह के उत्ते ही मारिया गया सी तीर मार के। तो इतने सू बोटिंग भी करवाएंगे, अड्ड अड्ड थावान उत्ते लैके जाएंगे बोटिंग, तो यह सारा इतों का माहौल आ, तो लोग इतने आरती भी करते हैं। ये नाल ही पिछले पासे वो दिखा के लैके आने सू जगह राम की पैड़ी बनया हुआ, बहुत लोग छिपके वीडियो बनाई है, तो करके असी थोड़ी जी ना वीडियो बनाने का सू स्वाद भी नहीं आ रहा। तो इधरले पासे आ गया जी राम की पैड़ी, इस जगह दे बाहर भी पुलिस बैठी आ, तो बहुत सख्ताई आ, हुण भी असी टुटमी वीडियो बना रहे हैं। लो जी हुण सानू दर्शन करवाने आपां राम की पैड़ी दे, इस जगह दे उत्ते कहिंदे जदों लक्ष्मण जी तीर्थां नू जाणा चाहुंदे सी तां इस जगह दे उत्ते रामचंद्र जी ने उन्हां नू इशनान करन नू कहा सी, ते इस जगह दे उत्ते लक्ष्मण जी ने इशनान कीता सी, उदू बाद फिर उह कहिंदे तीर्थ ते गए ने, ते तां करके रामचंद्र जी ने कहा सी वी जिहड़ा भी इत्थे इशनान करूगा तो हिंदू धर्म के जिन्हें भी तीर्थ ने उन्हों का फल उन्हों इस जगह के उत्ते इशनान करने ही मिल जूगा। तो यह कोई बाला डूंगा नहीं है, छोटा मतलब यह नहीं है, 2 फुट का पानी है, बच्चे सारे बीबिया माइया नहाई जाते हैं इतने, तो सामने वो एक बन मारा हुआ उतो पानी चल रहा है। तो 2019 के जो इतने दिवाली मनाई गई है ना, तो इस जगह के उत्ते जिथे आप खड़े हाँ आ सारी थान के उत्ते 4.5 लाख दीवा लाया गया, गिनीज़ बुक के नाम का यह जगह का नाम दर्ज किया गया उदों जो इस जगह के 4.5 लाख दीवा बनाया गया सी, लाया गया सी मतलब जगा के राम की पैड़ी ते। तो जी राम मंदिर जिथे अयोध्या के बनाया सी उतों 10 किलोमीटर दूर आप आ गए हैं जी, ये गुप्तार घाट। तो आ बाईया ना थोड़ा इंट्रोड्यूस करवा दीए, पहला ये बाई का नाम है यार नाम बताओ अपना एक बार, ऋषभ चौधरी। तो आ बाई इन्हों थोड़ा नाम की है
ਆ ਦਿੱਤਿਆ ਤੇ ਇਹ ਬਾਈ ਯਾਰ ਸਾਨੂੰ ਯੂਟਿਊਬ ਤੇ ਵੀ ਦੇਖਦੇ ਸੀ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰਦੇ ਸੀ ਤੇ ਇਹਨਾਂ ਨੇ ਸਾਨੂੰ ਫਿਰ ਇੱਥੇ ਹੁਣ ਅਯੋਧਿਆ ਦੇ ਵਿੱਚ ਜਿਹੜੀਆਂ ਇੱਕ ਦੋ ਚੀਜ਼ਾਂ ਰਹੀਆਂ ਸੀ ਉਹ ਸਾਨੂੰ ਦੱਸੀਆਂ ਇਹਨਾਂ ਨੇ ਤੇ ਗੁਪਤਾਰ ਘਾਟ ਦੇ ਉੱਤੇ ਵੀ ਸਾਨੂੰ ਇਹੀ ਲੈ ਕੇ ਆਏ ਨੇ ਗੁਪਤਾਰ ਘਾਟ ਦੀ ਤੁਹਾਨੂੰ ਹਿਸਟਰੀ ਦੱਸਦੀ ਹੈ ਕਿ ਰਾਮ ਚੰਦਰ ਜੀ ਆਪਣੇ ਆਖਰੀ ਸਮੇਂ ਦੇ ਵਿੱਚ ਵੀ ਇਸ ਜਲ ਦੇ ਵਿੱਚ ਉਹਨਾਂ ਨੇ ਸਮਾਧੀ ਲੈ ਲਈ ਸੀ ਇੱਕ ਤਰ੍ਹਾਂ ਦਾ ਮਤਲਬ ਅਲੋਪ ਹੋ ਗਏ ਸੀ ਉਸ ਤੋਂ ਬਾਅਦ ਆਪਣੇ ਆਖਰੀ ਸਮੇਂ ਦੇ ਵਿੱਚ ਤਾਂ ਉਹ ਜਗ੍ਹਾ ਨੂੰ ਫਿਰ ਇੱਥੇ ਗੁਪਤਾਰ ਘਾਟ ਕਿਹਾ ਜਾਂਦਾ ਤੇ ਉੱਧਰ ਬਾਈ ਹੋਰੇ ਵਿੱਚ ਖੇਡੀ ਜਾਂਦੇ ਨੇ ਯਹੀ ਸੀ ਨਾ ਹਿੱਸੀ ਜਹਾਂ ਪੇ ਮਤਲਬ ਰਾਮ ਚੰਦਰ ਜੀ ਨੇ ਸਮਾਧੀ ਲੈ ਲਈ ਸੀ ਆਪਣੇ ਅੰਤਿਮ ਟਾਈਮ ਮੇਂ ਹਨਾ ਠੀਕ ਹੈ ਤੋਂ ਕੀ ਯਾਦ ਮੇਂ ਮੰਦਿਰ ਵੀ ਬਣਾਈ ਇਹ ਵਾਲਾ ਕਿ ਇਹ ਕੋਈ ਔਰ ਚੀਜ਼ ਹੈ ਹਾਂ ਭਾਈ ਸਾਹਿਬ ਦੀ ਯਾਦ ਮੰਨਾ ਠੀਕ ਹੈ ਐ ਮਹੌਲਾ ਵੀ ਇੱਥੇ ਵੀ ਬੋਟਿੰਗ ਹੁੰਦੀ ਆ ਤੇ ਬੋਟਿੰਗ ਤੁਸੀਂ ਕਰ ਸਕਦੇ ਪਾਣੀ ਹਜੇ ਹੈਗਾ ਇੱਥੇ ਬਾਈ ਕਹਿੰਦਾ ਵੀ ਅੱਗੇ ਬਹੁਤ ਦੂਰ ਦੂਰ ਤੱਕ ਪਾਣੀ ਚਲਾ ਜਾਂਦਾ ਹੁਣ ਥੋੜਾ ਜਿਹਾ ਸੁੱਕਿਆ ਹੋਇਆ ਕੰਮ ਤੇ ਕਿਹਾ ਜਾਂਦਾ ਕਿ ਬਰਸਾਤ ਦੇ ਟਾਈਮ ਦੇ ਵਿੱਚ ਬਾਈ ਹੋਰਾਂ ਨੇ ਦੱਸਿਆ ਕਿ ਪਾਣੀ ਜਿੱਥੇ ਆਪਾਂ ਖੜੇ ਆ ਜਿਹੜੇ ਲੈਵਲ ਦੇ ਉੱਤੇ ਪਾਣੀ ਇੱਥੇ ਤੱਕ ਭਰ ਭੁਰ ਜਾਂਦਾ ਹੁੰਦਾ ਤੇ ਆਹ ਸਾਰੀਆਂ ਇੱਧਰ ਕਿਸ਼ਤੀਆਂ ਖੜੀਆਂ ਨੇ ਠੀਕ ਹੈ ਤੇ ਯਾਰ ਇਹ ਜਿਹੜੀ ਨਦੀ ਆ ਨਾ ਇਹਦਾ ਪਾਣੀ ਸਾਰਾ ਨੇਪਾਲ ਵਾਲੇ ਪਾਸਿਓਂ ਆਉਂਦਾ ਕਿਉਂਕਿ ਇੱਧਰਲੇ ਪਾਸੇ ਨੂੰ ਸਾਰਾ ਨੇਪਾਲ ਹੀ ਪੈਂਦਾ ਤੇ ਬਾਈ ਨੇ ਕਿਹਾ ਕਿ ਜਿਹੜੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਨਾ ਸਾਰੀਆਂ ਜਦੋਂ ਪਾਣੀ ਭਰ ਜਾਂਦਾ ਕਹਿੰਦਾ ਉੱਥੇ ਤੱਕ ਅੰਦਰ ਵੀ ਪਾਣੀ ਚਲਾ ਜਾਂਦਾ ਦੁਕਾਨਾਂ ਇੱਥੇ ਨਹੀਂ ਲੱਗਦੀਆਂ ਤੇ ਬਰਸਾਤ ਦੇ ਮੌਸਮ 'ਚ ਹੀ ਹੁੰਦਾ ਸਾਰਾ ਇਹ ਤੇ ਇਹ ਨਦੀ ਘਾਗਰਾ ਨਦੀ ਸੀ ਇਹਦਾ ਨਾਮ ਹੈ ਨਾ ਘਾਗਰਾ ਹਿੰਦੀ 'ਚ ਤੁਸੀਂ ਘਾਗਰਾ ਕਹਿ ਸਕਦੇ ਹੋ ਤੇ ਇਹ ਨੇਪਾਲ ਵਾਲੇ ਪਾਸੇ ਆਉਂਦੀ ਹੈ ਨਦੀ ਸਾਰੀ ਤੇ ਆਹ ਸਾਰਾ ਇੱਥੋਂ ਦਾ ਗੁਪਤਾਰ ਘਾਟ ਦਾ ਬਾਜ਼ਾਰ ਆ ਜਦੋਂ ਕਹਿੰਦੇ ਪਾਣੀ ਪੂਣੀ ਭਰ ਜਾਂਦਾ ਫਿਰ ਇਹੀ ਬਾਜ਼ਾਰ ਆ ਜਿਹੜਾ ਬੰਦ ਹੋ ਜਾਂਦਾ ਇਹਦੇ ਪਰਲੇ ਪਾਸੇ ਇੱਧਰ ਸਾਰਾ ਆਰਮੀ ਦਾ ਏਰੀਆ ਗੋਲੀਆਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਇੱਥੇ ਆਮ ਹੀ ਆ ਰਹੀਆਂ ਨੇ ਪ੍ਰੈਕਟਿਸ ਕਰਦੇ ਹੋਣਗੇ ਤੇ ਇੱਥੇ ਆ ਗੁਪਤਾਰ ਘਾਟ ਦਾ ਨਾ ਇਤਿਹਾਸ ਵੀ ਲਿਖਿਆ ਹੋਇਆ ਵੀ ਸਰਯੂ ਨਦੀ ਕੇ ਤੱਟ ਪਰ ਗੁਪਤਾਰ ਘਾਟ ਅਯੋਧਿਆ ਸ਼ਹਿਰ ਦਾ ਪ੍ਰਸਿੱਧ ਤੀਰਥ ਸਥਾਨ ਆ ਇੱਥੇ ਕਹਿੰਦੇ ਭਗਵਾਨ ਰਾਮ ਨੇ ਬੈਕੁੰਠ ਜਾਣੇ ਹੇਤੂ ਜਲ ਸਮਾਧੀ ਲਈ ਸੀ ਤੇ ਸਾਰਾ ਤੁਸੀਂ ਇੱਥੋਂ ਪੜ੍ਹ ਸਕਦੇ 19ਵੀਂ ਸਦੀ ਦੇ ਵਿੱਚ ਇੱਥੇ ਮੰਦਰ ਬਣਾਇਆ ਗਿਆ ਸੀ ਤੇ ਯਾਰ ਜਿਹੜੀ ਹੁਣ ਆਪਾਂ ਸੜਕ ਦੇ ਉੱਤੇ ਜਾ ਰਹੇ ਹਾਂ ਨਾ ਬਾਈ ਨੇ ਦੱਸਿਆ ਕਿ ਇਹ ਸੜਕ ਦੇ ਤੁਸੀਂ ਪੈਦਲ ਪੈਦਲ ਸਿੱਧੇ ਸਿੱਧੇ ਚਲੇ ਜਾਓਗੇ ਤਾਂ ਸਰਯੂ ਨਦੀ ਇੱਥੇ ਆਪਾਂ ਤੁਹਾਨੂੰ ਤੱਟ ਦਿਖਾ ਕੇ ਲੈ ਕੇ ਆਏ ਉਹ ਜਗ੍ਹਾ ਦੇ ਉੱਤੇ ਚਲੀ ਜਾਊਗੀ ਇਹ ਤਾਂ ਫਿਰ ਕਾਫੀ ਲੰਬੀ ਹੋ ਗਈ ਆ 10 ਕਿਲੋਮੀਟਰ ਹੋ ਗਈ ਜਿਤਨਾ ਹੈਂ ਜਿਤਨਾ ਡਿਸਟੈਂਸ ਹਮ ਬਾਈਕ ਸੇ ਆਏ ਉਤਨੀ ਲੰਬੀ ਤਾਂ ਹੋ ਗਈ ਇਹ ਹਾਂ ਤੇ ਇਹ ਸਾਰੀ ਯਾਰ ਆਲੇ ਦੁਆਲੇ ਘੁੰਮਦੀ ਆ ਤੇ ਸਰਯੂ ਨਦੀ ਵਾਲਾ ਤੱਟ ਆ ਉਹਦਾ ਵਾਲਾ ਪਾਣੀ ਵੀ ਇੱਥੋਂ ਹੀ ਲੰਘਦਾ ਤੇ ਉਹਦੇ ਕੰਡੇ ਕੰਡੇ ਦੇ ਉੱਤੇ ਆਪਾਂ ਆਏ ਹਾਂ 10 ਕਿਲੋਮੀਟਰ ਇਹ ਪੈਦਲ ਜਾ ਕੇ ਵੀ ਤੁਸੀਂ ਉੱਥੇ ਜਾ ਸਕਦੇ ਹੋ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਅਯੋਧਿਆ ਦੇ ਤੁਹਾਨੂੰ ਆਪਾਂ ਜਿੰਨੇ ਸਥਾਨ ਇੱਥੇ ਦੇਖਣ ਵਾਲੇ ਹੈਗੇ ਸੀ ਸਾਰੇ ਦਿਖਾਏ ਨੇ ਤੇ ਆ ਬਾਈ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਦੇ ਰਹੇ ਸਾਨੂੰ ਪਹਿਲੇ ਬੰਦੇ ਜਿਹੜੇ ਸਾਨੂੰ ਐਵੇਂ ਮਿਲਣ ਆਏ ਨੇ ਸਪੈਸ਼ਲ ਰਾਤ ਵੀ ਬਾਈ ਸਾਨੂੰ ਮਿਲਣ ਆਇਆ ਸੀ ਉਦੋਂ ਚੱਲ ਹਨੇਰਾ ਸੀ ਅਸੀਂ ਸ਼ੂਟ ਨਹੀਂ ਕੀਤਾ ਤੇ ਹੁਣ ਸਵੇਰੇ ਹੀ ਬਾਈ ਸਾਨੂੰ ਸਪੈਸ਼ਲ ਫੋਨ ਕਰਕੇ ਆਪਦੀ ਦੁਕਾਨ ਛੱਡ ਕੇ ਆਇਆ ਦੁਕਾਨ ਤੇ ਆਪਦੇ ਡੈਡੀ ਨੂੰ ਬਿਠਾ ਕੇ ਆਇਆ ਦੇਖ ਲਾ ਇੰਨਾ ਬਾਈ ਪਿਆਰ ਕਰਦਾ ਸੀ ਤੇ ਬਾਈ ਆਪਣੇ ਵਲੌਗ ਦੇਖਦੇ ਨਾਲ ਇੰਸਟਾਗ੍ਰਾਮ ਤੇ ਵੀ ਫੋਲੋ ਕਰਦੇ ਨੇ ਜਿਹੜੇ ਗੁਪਤਾਰ ਘਾਟ ਵਾਲੀ ਜਗ੍ਹਾ ਜਿਹੜੀ ਬਾਈ ਹੋਰਾਂ ਨੇ ਸਾਨੂੰ ਦਿਖਾਈ ਆ ਅਸੀਂ ਤਾਂ ਛੱਡ ਕੇ ਚੱਲੇ ਸੀ ਕਿਉਂਕਿ ਸਾਨੂੰ ਦੂਰ ਬਹੁਤ ਪੈਂਦੀ ਸੀ ਬਾਈ ਕਹਿੰਦੇ ਵੀ ਚਲੋ ਕੋਈ ਨਹੀਂ ਸਾਡੇ ਨਾਲ ਚੱਲੋ ਨਾਲੇ ਤੁਹਾਨੂੰ ਚੀਜ਼ਾਂ ਦਿਖਾ ਦਾਂਗੇ ਤੇ ਬਾਈ ਕੁਝ ਕਹਿਣਾ ਹੋਵੇ ਹੋਰ ਵੇਟ ਕਰਦੇ ਆ ਰੋਜ਼ ਸ਼ਾਮ ਨੂੰ ਮੈਂ ਬਾਈ ਦੇ ਕਮੈਂਟ ਵੀ ਪੜ੍ਹੇ ਨੇ ਇੱਕ ਵਾਰੀ ਬਾਈ ਕਹਿੰਦੇ ਤੁਹਾਡੇ ਵਲੌਗ ਦੀ ਮੈਨੂੰ ਆਦਤ ਪੈ ਗਈ ਆ ਤੇ ਬਾਈ ਕਹਿੰਦਾ ਵਲੌਗ ਦੇਖਣ ਦਾ ਮੈਨੂੰ ਚਾਹ ਚੜ ਗਿਆ ਤੁਹਾਡੇ ਵਾਲਿਆਂ ਦਾ ਮਤਲਬ ਇੱਕ ਪੱਕਾ ਸਬਸਕ੍ਰਾਈਬਰ ਆਪਣਾ ਇਹ ਜੁੜ ਗਿਆ ਬਾਈ ਆਪਣੇ ਨਾਲ ਤੇ ਇਹੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦਾ ਕੱਲ ਨੂੰ ਫੇਰ ਮਿਲਦੇ ਆ ਸ਼ਾਮ ਨੂੰ 6 ਵਜੇ ਤੇ ਹੁਣ ਆਪਾਂ ਚੱਲੇ ਆ ਇੱਥੋਂ ਬਨਾਰਸ ਜਿਹੜਾ ਕਿ 200 ਕਿਲੋਮੀਟਰ ਆ ਠੀਕ ਹੈ ਵੀਰੇ ਕਰਦੇ ਬਸ ਬੰਦ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।